ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਵਲੋਗ ਲੈ ਕੇ ਆਇਆ। ਅੱਜ ਦਾ ਜਿਹੜਾ ਇਹ ਵਲੋਗ ਆ ਇਹ ਦੀਵਾਲੀ 'ਤੇ ਸਪੈਸ਼ਲ ਹੋਣ ਵਾਲਾ, ਅਤੇ ਇਹ ਵਲੋਗ ਮੈਂ ਸ਼ੂਟ ਕਰਿਆ ਆਪਣੇ ਸ਼ਹਿਰ ਕੁਰਾਲੀ ਵਿੱਚ, ਜਿਹੜਾ ਪੂਰੇ ਪੰਜਾਬ 'ਚ ਪਟਾਕਿਆਂ ਦੀ ਮਾਰਕੀਟਿੰਗ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ। ਸੋ ਅੱਜ ਮੈਂ ਤੁਹਾਨੂੰ ਦਿਖਾਊਂਗਾ ਵੀ ਕਿਉਂ ਕੁਰਾਲੀ ਨੂੰ ਪਟਾਕਿਆਂ ਦਾ ਸ਼ਹਿਰ ਕਹਿੰਦੇ ਆ। ਇਹ ਵੀਡੀਓ ਮੈਂ ਅੱਜ ਸ਼ੂਟ ਕਰ ਰਿਹਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਅਤੇ ਰਸ਼ ਤੁਸੀਂ ਦੇਖ ਸਕਦੇ ਹੋ ਕੁਰਾਲੀ 'ਚ ਕਿੰਨਾ ਜ਼ਿਆਦਾ ਹੈ ਦੀਵਾਲੀ ਕਰਕੇ। ਵੈਸੇ ਕੁਰਾਲੀ 'ਚ ਤਾਂ ਰਸ਼ ਰਹਿੰਦਾ ਹੀ ਹੈ, ਦੀਵਾਲੀ ਦੇ ਕਈ ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਕਿਉਂਕਿ ਲੋਕ ਇੱਥੇ ਬੜੀ ਦੂਰ ਤੋਂ ਪਟਾਕੇ ਲੈਣ ਆਉਂਦੇ ਆ। ਆਹ ਜਿਹੜੀ ਰੋਡ 'ਤੇ ਅਸੀਂ ਜਾ ਰਹੇ ਹਾਂ ਇਹ ਹੈਗੀ ਆ ਮਰਿੰਡਾ ਰੋਡ, ਇਹ ਕੁਰਾਲੀ ਸ਼ਹਿਰ ਦੇ ਵਿੱਚ। ਅਤੇ ਪਹਿਲਾਂ ਤੁਹਾਨੂੰ ਮੈਂ ਦਿਖਾਊਂਗਾ ਜਿਹੜੇ ਬੜੇ ਗੋਦਾਮ ਆ ਉਹਨਾਂ ਦੀ ਵੀਡੀਓ ਬਣਾ ਕੇ। ਇਹਦੇ ਇਲਾਵਾ ਪੂਰੀ ਕੁਰਾਲੀ ਸ਼ਹਿਰ ਦੇ ਆਲੇ ਦੁਆਲੇ ਅਤੇ ਬਾਹਰ ਵੀ ਤੁਹਾਨੂੰ ਪਟਾਕਿਆਂ ਦੀਆਂ ਦੁਕਾਨਾਂ ਦਿਖਾਊਂਗਾ, ਪਰ ਪਹਿਲਾਂ ਮੈਂ ਅੰਦਰ ਵਾਲੀ ਮੇਨ ਮਾਰਕੀਟ 'ਤੇ ਸ਼ੁਰੂ ਕਰ ਰਿਹਾ। ਆ ਲਓ ਆ ਸ਼ੁਰੂ ਹੋ ਗਈਆਂ ਦੁਕਾਨਾਂ, ਇਹ ਜਿਹੜੀਆਂ ਦੁਕਾਨਾਂ ਹੈ ਇਹ ਪੱਕੀਆਂ ਪਟਾਕਿਆਂ ਦੀਆਂ ਹੀ ਦੁਕਾਨਾਂ ਜੋ ਪੂਰੇ ਸਾਲ ਇੱਦਾਂ ਹੀ ਪਟਾਕਿਆਂ ਨਾਲ ਭਰੀਆਂ ਰਹਿੰਦੀਆਂ, ਅਤੇ ਇੱਥੇ ਤੁਹਾਨੂੰ ਹੋਲਸੇਲ ਰੇਟ ਪਰ ਪਟਾਕੇ ਮਿਲ ਜਾਂਦੇ ਆ। ਜਿਹੜੀਆਂ ਬਾਹਰ ਮੈਂ ਤੁਹਾਨੂੰ ਰੋਡ ਪਰ ਦੁਕਾਨਾਂ ਦਿਖਾਊਂਗਾ ਉਹ ਵੀ ਇੱਥੇ 'ਤੇ ਹੀ ਸਮਾਨ ਲੈ ਕੇ ਜਾਂਦੇ ਆ ਇਹਨਾਂ ਕੋਲ 'ਤੇ ਹੀ। ਇੱਥੇ ਤੁਹਾਨੂੰ ਪਟਾਕਿਆਂ ਦੀ ਸਾਰੀ ਵਰਾਇਟੀ ਮਿਲ ਜੂਗੀ ਉਹ ਵੀ ਹੋਲਸੇਲ ਰੇਟ 'ਤੇ। ਤੁਸੀਂ ਐਂ ਸਮਝ ਲਓ ਵੀ ਬਸ ਪੰਜਾਬ 'ਚ ਜਿੰਨੇ ਵੀ ਡੀਲਰ ਆ ਨਾਲੇ ਦੁਕਾਨਦਾਰ ਆ ਛੋਟੇ ਬੜੇ ਉਹ ਸਾਰੇ ਇੱਥੇ 'ਤੇ ਹੀ ਪਟਾਕੇ ਲੈ ਕੇ ਜਾਂਦੇ ਆ। ਪੰਜਾਬ ਦੇ ਜਿੰਨੇ ਵੀ ਵੱਡੇ ਸ਼ਹਿਰ ਆ ਸਾਰਿਆਂ 'ਚ ਸਭ ਤੋਂ ਜ਼ਿਆਦਾ ਪਟਾਕਿਆਂ ਦੀ ਸਪਲਾਈ ਇੱਥੇ 'ਤੇ ਹੀ ਹੁੰਦੀ ਆ, ਤਾਂ ਹੀ ਕੁਰਾਲੀ ਨੂੰ ਪਟਾਕਿਆਂ ਦਾ ਸ਼ਹਿਰ ਕਿਹਾ ਜਾਂਦਾ। ਲਓ ਹੁਣ ਮੈਂ ਤੁਹਾਨੂੰ ਇਹ ਬਟਾਲੀ ਰੋਡ ਵੱਜਦੀ ਹੈ ਇਹ ਅੰਦਰ ਨੂੰ ਮੈਂ ਲੈ ਕੇ ਜਾ ਰਿਹਾ ਤੁਹਾਨੂੰ ਅੰਦਰ ਦੇ ਸਾਰੇ ਜਿੰਨੇ ਵੀ ਗੋਦਾਮ ਹੈ ਉਹਨਾਂ ਦੀ ਵੀਡੀਓ ਦਿਖਾਉਂਦਾ। ਤਕਰੀਬਨ ਲੋਕਾਂ ਨੇ ਜਿਹੜੇ ਪਟਾਕੇ ਖਰੀਦ ਲਏ ਤਾਂ ਕਰਕੇ ਅੱਜ ਫਿਰ ਵੀ ਭੀੜ ਥੋੜ੍ਹੀ ਘੱਟ ਹੈ, ਦਿਨ 'ਚ ਭੀੜ ਬਹੁਤ ਜ਼ਿਆਦਾ ਸੀ। ਇੱਥੇ ਦੀ ਵੀਡੀਓ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਊਂਗਾ ਜਿਹੜੀ ਮਾਰਕੀਟ ਬਾਹਰ ਲੱਗੀ ਹੋਈ ਰੋਪੜ ਵਾਲੇ ਬਾਈਪਾਸ ਪਰ। ਕੁਰਾਲੀ ਦੇ ਚਾਰੇ ਪਾਸੇ ਤੁਹਾਨੂੰ ਪਟਾਕੇ ਹੀ ਪਟਾਕੇ ਲੱਗੇ ਹੋਏ ਦਿਖੂੰਗੇ ਦੁਕਾਨਾਂ ਪਰ। ਇੱਥੇ ਸਾਰੇ ਹੀ ਬੜੇ ਬ੍ਰਾਂਡ ਦੇ ਪਟਾਕੇ ਤੁਹਾਨੂੰ ਮਿਲ ਜੂਗੇ, ਸਪੈਸ਼ਲੀ ਜਿਹੜੇ ਕੋਕ ਬ੍ਰਾਂਡ ਦੇ ਪਟਾਕੇ ਆ ਉਹ ਤੁਹਾਨੂੰ ਮਿਲ ਜੂਗੇ ਇੱਥੇ 'ਤੇ। ਪਰ ਜੇ ਤੁਹਾਨੂੰ ਕੋਕ ਬ੍ਰਾਂਡ ਦੀ ਸਾਰੀ ਵਰਾਇਟੀ ਚਾਹੀਦੀ ਤਾਂ ਤੁਹਾਨੂੰ ਦੀਵਾਲੀ ਦੇ 2 ਹਫ਼ਤੇ ਪਹਿਲਾਂ ਆਉਣਾ ਪੈਣਾ ਕਿਉਂਕਿ ਦੀਵਾਲੀ ਦੇ ਨੇੜੇ ਆਉਂਦੇ ਆਉਂਦੇ ਕੋਕ ਬ੍ਰਾਂਡ ਦੇ ਜਿਹੜੇ ਪਟਾਕੇ ਆ ਉਹ ਸਾਰੇ ਵਿਕ ਲੈਂਦੇ ਆ ਅਤੇ ਬਹੁਤ ਘੱਟ ਵਰਾਇਟੀ ਰਹਿ ਜਾਂਦੀ ਆ। ਬਾਕੀ ਤੁਹਾਡੀ ਕਿਸਮਤ ਵਾਲੀ ਗੱਲ ਹੈ ਜੇ ਤੁਹਾਨੂੰ ਕੋਕ ਦੇ ਪਟਾਕੇ ਦੀਵਾਲੀ 'ਤੇ 1-2 ਦਿਨ ਪਹਿਲਾਂ ਇੱਥੇ 'ਤੇ ਮਿਲ ਜਾਂਦੇ। ਇਹ ਤੋਂ ਇਲਾਵਾ ਇੱਥੇ ਹੋਰ ਵੀ ਬ੍ਰਾਂਡਾਂ ਦੇ ਪਟਾਕੇ ਆਉਂਦੇ, ਜਿਕਣਾ, ਵਾਡੀ ਲਾਲ, ਲਾਈਮਾ, ਸੋਨੀ, ਸਾਰਾ, ਮਰਕਰੀ, ਇਹ ਸਾਰੇ ਵਧੀਆ ਬ੍ਰਾਂਡ ਆ ਜਿਨ੍ਹਾਂ ਦੇ ਪਟਾਕੇ ਬਹੁਤ ਵਧੀਆ ਚੱਲਦੇ। ਕੋਕ ਦੇ ਤਾਂ ਤੁਹਾਨੂੰ ਫਿਰ ਪਤਾ ਹੀ ਆ ਵੀ ਉਹਦੇ ਪਟਾਕੇ ਸਭ ਤੋਂ ਵਧੀਆ ਹੁੰਦੇ, ਪਰ ਕੋਕ 'ਚ ਵਰਾਇਟੀ ਥੋੜ੍ਹੀ ਘੱਟ ਮਿਲਦੀ। ਮਤਲਬ ਜਿੰਨੇ ਵੀ ਸਕਾਈ ਸ਼ੋਟ ਦੇਖਦੇ ਆ ਉਹਦੇ 'ਚ ਕੋਕ ਬ੍ਰਾਂਡ ਦੇ ਸ਼ੋਟ ਸਭ ਤੋਂ ਘੱਟ ਹੁੰਦੇ, ਬਾਕੀ ਬ੍ਰਾਂਡਾਂ ਦੇ ਸ਼ੋਟ ਤੁਹਾਨੂੰ ਵਾਧੂ ਮਿਲ ਜੂਗੇ ਇੱਥੇ। ਆ ਵਾਪਸ ਆ ਗਏ ਅਸੀਂ ਮਰਿੰਡਾ ਰੋਡ 'ਤੇ, ਇੱਥੇ ਤੁਹਾਨੂੰ ਪੰਕੂ ਬਾਈ ਦੀਆਂ ਦੁਕਾਨਾਂ ਮਿਲ ਜੂਗੀਆਂ ਪਟਾਕਿਆਂ ਦੀਆਂ। ਪੰਕੂ ਬਾਈ ਪੂਰਾ ਮਸ਼ਹੂਰ ਹੈ ਕੁਰਾਲੀ 'ਚ ਪਟਾਕਿਆਂ ਲਈ, ਅਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਮਿਲ ਜੂਗੀ ਪੰਕੂ ਬਾਈ ਕੋਲ ਪਟਾਕਿਆਂ ਦੀ, ਉਹ ਵੀ ਘੱਟ ਤੋਂ ਘੱਟ ਹੋਲਸੇਲ ਰੇਟ 'ਚ। ਅਸੀਂ ਵੀ ਸਾਰੀ ਆਤਿਸ਼ਬਾਜ਼ੀ ਇੱਥੇ ਤੋਂ ਹੀ ਲੈ ਕੇ ਜਾਂਦੇ ਹਾਂ। ਇੱਥੇ ਆਤਿਸ਼ਬਾਜ਼ੀ ਬੈਡ ਦੇ ਪਿੱਛੇ ਵੀ ਬਹੁਤ ਬੜੀ ਕਨਫਿਊਜ਼ਨ ਹੁੰਦੀ ਕੰਨਾਂ ਨੂੰ, ਮੈਂ ਦੇਖਿਆ। ਜਿਹੜੇ ਅਸਮਾਨ 'ਚ ਚੜ੍ਹਨ ਵਾਲੇ ਰੋਕਟ ਹੁੰਦੇ ਜਿਨ੍ਹਾਂ ਨੂੰ ਬੋਤਲਾਂ 'ਚ ਪਾ ਕੇ ਚੜ੍ਹਾਉਂਦੇ, ਕਈ ਤਾਂ ਉਹਨਾਂ ਨੂੰ ਕਹੀ ਜਾਂਦੇ ਆਤਿਸ਼ਬਾਜ਼ੀ। ਇੱਥੇ ਮੈਂ ਆਹ ਵਾਲਾ ਡਾਊਟ ਕਲੀਅਰ ਕਰਦਾ ਤੁਹਾਡਾ ਵੀ ਆਤਿਸ਼ਬਾਜ਼ੀ ਸਾਰਿਆਂ ਨੂੰ ਹੀ ਕਹਿੰਦੇ ਆ, ਮਤਲਬ ਚਾਹੇ ਉਹ ਫੁੱਲਜੜੀਆਂ, ਅਨਾਰ, ਬੰਬ, ਚੱਕਰੀਆਂ, ਜਿੰਨੀਆਂ ਵੀ ਦੀਵਾਲੀ ਨੂੰ ਅੱਗ ਨਾਲ ਚਲਾਉਣ ਵਾਲੀਆਂ ਚੀਜ਼ਾਂ ਉਹਨਾਂ ਸਾਰੀਆਂ ਨੂੰ ਹੀ ਆਤਿਸ਼ਬਾਜ਼ੀ ਕਹਿੰਦੇ ਆ। ਆਹ ਅਸੀਂ ਆ ਗਏ ਕੁਰਾਲੀ ਦੇ ਬਾਹਰ ਰੋਪੜ ਵਾਲੇ ਬਾਈਪਾਸ ਪਰ। ਇੱਥੇ ਦੇਖ ਲਓ ਤੁਸੀਂ ਕਿੰਨੀਆਂ ਦੁਕਾਨਾਂ ਆਤਿਸ਼ਬਾਜ਼ੀ ਦੀਆਂ, ਇਹ ਸਾਰਾ ਬਾਈਪਾਸ ਪਟਾਕਿਆਂ ਨਾਲ ਹੀ ਭਰਿਆ ਪਿਆ। ਇੱਥੇ ਤਾਂ ਉਹ ਲੋਕ ਖਰੀਦਦੇ ਪਟਾਕੇ ਜਿਨ੍ਹਾਂ ਨੇ ਕੁਰਾਲੀ ਦੇ ਅੰਦਰ ਨਹੀਂ ਵੜਨਾ ਹੁੰਦਾ ਭੀੜ 'ਚ।
फिर वो इत्थे दे पटाके लेके बारों बार निकल जाते हैं। पर इत्थे भी बाईपास तो बहुत ट्रैफिक रहती तो जाम लग्या रहिंदा। बाकी आलियां दुकानां ते हिमाचल आलियां बसा भी रुकदियां, फिर उन्हां बसा चों लोग भी खुद चलाने लई पटाके खरीद के ले जाते हैं, तो कई होंगे जिहड़े वेचण वास्ते अगे हिमाचल भी लेके जाते हैं। इत्थे दे पटाकियां दी बोरियां ते थैले भर भर के जाते हैं, बहुत पटाके बिकते कराली दे। इन्नी मार्केटिंग तुसी देख लो भी कि भी नहीं होंगी पटाकियां दी पूरे पंजाब च जिन्नी कराली च होंदी आ, तां ही कराली नूं पटाकियां दा शहर कहिंदे आ। पर कई लोगों को लगता भी कराली पटाकियां दी फैक्टरियां शायद ते इत्थे पटाके बनते आ, पर आ गल नहीं हैगी। इत्थे कोई फैक्टरी नहीं पटाकियां दी, एक भी फैक्टरी नहीं हैगी कराली च। पटाके इत्थे शिवाकाशी तो आउंदे जिथे सब तो बड़ी इंडस्ट्री है पटाकियां दी। कराली च तां बस सिर्फ मार्केटिंग होंदी, बनदे ज़्यादातर शिवाकाशी ही है पटाके, उत्थे ते ही सारे किते सप्लाई होंदे जिन्ने भी बड़े बड़े शहर है। तुसी देख लो भी इत्थे दिवाली नूं जां सारे पटाके विक लैंदे ते गोदाम ते दुकानां खाली हो जांदियां, तां कुछ दिन बाद इत्थे नवां माल भर भर के गड्डियां फिर ते आ जांदा ते दोबारा सारे गोदाम ते दुकानां पटाकियां नाल भर जांदे आ। मतलब इत्थे सारा साल पूरा सीजन पटाके लगे ही रहने, दुकाना जड़े पक्के अंदर होलसेल मैं थोड़ा पहला दिखाए थे मार्केट, वो सारिया पटाके भरिया ही रहा। बाईपास देख लो सिरे तक दुकाना नाल ही भरिया पिया। यह पटियाला पिंड ते दुकाना शुरू हो जांदियां ते अगे साढ़े पिंड तक लगिया रहिंदियां, फिर साढ़े पिंड ते अगला पिंड बन माजर आउंदा जिथे बाईपास जी टी रोड ते चढ़ जांदा, उत्थे बन माजरे वाले चौंक च भी पटाकियां दी दुकाना ही दुकाना लगिया हुंदा। मतलब तुसीं समझ लो भी दिवाली दे दिन च कराली दे चारे पासे तुहानू पटाके ही पटाके दिख जूंगे, पूरी रौनक लगी रहिंदी इत्थे। ओपोजिट साइड सिंघपुरा पिंड आ जाता बाईपास के परले पासे, ये शॉर्टकट रोड आ। यह बाईपास से कराली च एंटर करन दा जिन्होंने सीधा बाजार में जाना कराली दे ओह बाहर वाली रोड पर नू जाने की बजाय सिंघपुरा वाली रोड नू लंघ जाते। मैं दिवाली तो एक दिन पहला यह वीडियो शूट कर रहा तो हूँ तक इन्हों का ज़्यादातर समान विक लिया, क्योंकि इतने दुकाना लगिया हाथा हो गया तो आह रोड से आने जाने वाले ने इतने तो समान खरीद लिया, बहुत दुकाना तो खाली भी हो गई। तो हम देखते होंगे भी काफ़ी दुकाना तो जोड़े बाहर मेज लगे हुए वो खाली हो पे है।
ਆ ਗਏ ਅਸੀਂ ਕੁਰਾਲੀ ਵਾਲੀ ਜੀਟੀ ਰੋਡ 'ਤੇ। ਪਹਿਲਾਂ ਜਦ ਬਾਈਪਾਸ ਨਹੀਂ ਹੁੰਦਾ ਤਾਂ ਇੱਥੇ ਸਾਰੀਆਂ ਪਟਾਕਿਆਂ ਦੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ ਤੀਆਂ, ਪਰ ਬਾਈਪਾਸ ਬਣਨ ਤੋਂ ਬਾਅਦ ਇੱਥੇ ਦੁਕਾਨਾਂ ਘੱਟ ਗਈਆਂ। ਆਹ ਸਾਰੀ ਇੱਥੇ ਖਾਣ ਪੀਣ ਦੀ ਮਾਰਕੀਟ ਹੈ, ਇੱਥੇ ਸ਼ਾਮ ਨੂੰ ਸਾਰੇ ਖਾਣ ਪੀਣ ਦੀਆਂ ਰੇੜੀਆਂ ਲੱਗਦੀਆਂ, ਫਾਸਟ ਫੂਡ ਦੀ ਮਾਰਕੀਟ। ਵੀਡੀਓ ਬਣਾਉਣ ਤੋਂ ਬਾਅਦ ਹੁਣ ਅਸੀਂ ਆ ਗਏ ਸਕਸੈਨਾ ਅੰਕਲ ਦੀ ਮਸ਼ਹੂਰ ਚਾਟ ਅਤੇ ਗੋਲ ਗੱਪੇ ਖਾਣ, ਜਿਹੜੇ ਕਿ ਕੁਰਾਲੀ 'ਚ ਬਹੁਤ ਮਸ਼ਹੂਰ ਹੈ। ਮੈਂ ਕਿਹਾ ਚਲੋ ਅੱਜ ਸਕਸੈਨਾ ਅੰਕਲ ਦੀ ਵੀ ਵੀਡੀਓ ਸ਼ੂਟ ਕਰ ਲਈਏ। ਇਹ ਸਾਨੂੰ ਪਿਓ ਪੁੱਤ ਨੂੰ ਇਕੱਠੇ ਦੇਖ ਕੇ ਹਮੇਸ਼ਾ ਬੜੇ ਖੁਸ਼ ਹੁੰਦੇ, ਬਹੁਤ ਸਵਾਦ ਬਣਾਉਂਦੇ ਹਰੇਕ ਚੀਜ਼ ਅੰਕਲ। ਸੋ ਆਹ ਸੀ ਅੱਜ ਦਾ ਵਲੋਗ, ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਨਾਲੇ ਕਮੈਂਟ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਆ ਜੀ ਅਗਲੇ ਵਲੋਗ 'ਚ, ਸਤਿ ਸ਼੍ਰੀ ਅਕਾਲ ਜੀ।